सत श्रीकाल जी सारों को स्वागत है अज की स्पैशल वीडियो में। सो कोशिश करी दी है कि इंपोर्टेंट इनफॉर्मेशन वीडियो के जरिए तुहाडे नाल शेयर की जाए। सो अज गल करांगे कि दुबई के लिए बायोमेट्रिक प्रोवाइड करने की प्रोविजन की है, तुसीं प्रोवाइड कर सकते हो कि नहीं, इंडियन एप्लीकेंट की गल कर रहे हैं। एंड नाल दी नाल आपां वीडियो दे सेकंड पार्ट दे जिहड़ा मोस्ट इंपोर्टेंट क्वेश्चन बच्चे वालों पूछा जाता कॉस्ट की रहेगी उत्थे जाके बायोमेट्रिक प्रोवाइड करन दी। सो वीडियो नूं एंड तक जरूर देखियो। सो वीडियो दी स्टार्टिंग तों पहलां मेरी एडवाइस है कि वीजा ऑफिस नूं स्टूडेंट वीजा दी सर्विस प्रोवाइड करदे हुए 8 साल तों ज्यादा समय हो चुका है। सो अगर तुसीं वी साडे एक्सपीरियंस स्टाफ दे हो तां कोई सर्विस लैणा चाहुंदे हो तां साडी वैबसाइट नोट करो, tvostudy.com वैबसाइट ते जाके इक बेसिक जिहा क्वेरी फॉर्म सबमिट करके तुसीं साडी टीम नाल जुड़ सकदे हो एंड लाइव काउंसलिंग दे जरिए अपना प्रोफाइल डिस्कस करके अपना एडमिशन दा प्रोसेस करे बैठे स्टार्ट कर सकदे हो। सो दोस्तों इंपॉर्टेंट टॉपिक ते आने जो आपां अज डिस्कस करांगे इस वीडियो दे विच। सो पहला क्वेश्चन है कि की दुबई जाके तुसीं प्रोवाइड कर सकदे हो बायोमेट्रिक, क्योंकि VFS जिद्दां जिद्दां डिले हो रहे ने बच्चों के जिहड़े क्वेश्चन वधदे जा रहे कि असीं दुबई जाके प्रोवाइड करना चाहुंदे बायोमेट्रिक तां की ऑप्शनस ने। सो दोस्तों पहला मैं दसदा कि UAE दे विच दुबई जां आबू धाबी दोनों जगह ते तुसीं अपने बायोमेट्रिक प्रोवाइड कर सकदे हो। प्रोसीजर उही है, ਤੁਹਾਨੂੰ ਆਨਲਾਈਨ ਅਪਾਇੰਟਮੈਂਟ ਬੁੱਕ ਕਰਨੀ ਪਏਗੀ। ਸੋ ਅਪਾਇੰਟਮੈਂਟ ਦੇ ਸਕੈਡਿਊਲ ਦੇ ਅਕੋਰਡਿੰਗ ਤੁਹਾਨੂੰ ਲੈਟਰ ਲੈ ਕੇ ਜਾਣਾ ਪਏਗਾ। VFS ਸੈਂਟਰ ਵਿਜ਼ਿਟ ਕਰੋਗੇ ਤਾਂ ਉੱਥੇ ਤੁਹਾਡੇ ਬਾਇਓਮੈਟ੍ਰਿਕ ਹੋ ਜਾਣਗੇ। ਸੋ ਇੱਦਾਂ ਕੋਈ ਇਸ਼ੂ ਨਹੀਂ ਹੈ, ਬੱਚੇ ਪ੍ਰੋਵਾਈਡ ਕਰ ਰਹੇ ਹੈ, ਉਹਨਾਂ ਨੂੰ ਕੋਈ ਡਿਫੀਕਲਟੀ ਜਿਹੜੀ ਹੈ ਫੇਸ ਨਹੀਂ ਕਰਨੀ ਪੈ ਰਹੀ। ਹੁਣ ਸਵਾਲ ਆਉਂਦਾ ਕਿ ਬਾਇਓਮੈਟ੍ਰਿਕ ਅਸੀਂ ਦੇ ਸਕਦੇ ਹਾਂ ਬਟ ਕੋਸਟ ਕੀ ਰਹੇਗੀ। ਸੋ ਮੈਂ ਕੋਸਟ ਤੇ ਮੈਂ ਦੋਸਤਾਂ ਨੂੰ ਦੱਸਣਾ ਚਾਹਾਂਗਾ ਕਿ ਦੇਖੋ ਅਗਰ ਤੁਸੀਂ ਅਫੋਰਡ ਕਰ ਸਕਦੇ ਹੋ ਤੁਸੀਂ ਉੱਥੇ ਜਾ ਸਕਦੇ ਹੋ। ਜੇ ਕੋਸਟ ਦਾ ਇੱਕ ਆਪਾਂ ਆਈਡੀਆ ਲੈਣਾ ਹੋਵੇ ਤਾਂ ਤੁਹਾਨੂੰ ਪਤਾ ਹੈ ਕਿ ਦੁਬਈ ਤੋਂ ਅਪ ਡਾਊਨ ਦੀ ਟਿਕਟ ਆਉਣ ਜਾਣ ਦੀ ਜੇ ਤੁਸੀਂ ਟਰੈਵਲਿੰਗ ਰਿਟਰਨ ਟਿਕਟ ਦੀ ਗੱਲ ਕਰਦੇ ਹਾਂ ਅਪਰੋਕਸੀਮੇਟਲੀ 18,000 ਤੋਂ 20,000 ਦੀ ਕੋਸਟ ਜਿਹੜੀ ਉਹ ਨੋਮੀਨਲ ਲੱਗ ਜਾਂਦੀ ਹੈ। ਸੋ 20,000 ਤੁਸੀਂ ਜਿਹੜਾ ਇਹ ਟਿਕਟ ਦਾ ਇਹ ਫੇਅਰ ਦਾ ਹੀ ਕੋਸਟ ਪੇ ਕਰੋਗੇ। ਵੀਜ਼ਾ ਤੁਹਾਨੂੰ ਲੈਣਾ ਪਏਗਾ, ਉਹਦੀ ਵੀ ਕੋਸਟ ਐਡ ਹੋਏਗੀ ਐਂਡ ਉੱਥੇ ਸਟੇ ਵੀ ਕਰਨਾ ਪੈ ਸਕਦਾ ਕਿਉਂਕਿ ਡਾਇਰੈਕਟ ਇੱਦਾਂ ਤਾਂ ਹੈ ਨਹੀਂ ਤੁਸੀਂ ਜਾਓਗੇ ਬਾਇਓਮੈਟ੍ਰਿਕ ਦਓਗੇ ਤੇ ਨਾਲ ਦੀ ਨਾਲ ਸ਼ਾਮ ਦੀ ਕੋਈ ਫਲਾਈਟ ਫੜ ਕੇ ਆ ਜਾਓਗੇ। ਸੋ ਤੁਹਾਨੂੰ ਹੋ ਸਕਦਾ ਕਿ ਇੱਕ ਦੋ ਦਿਨ ਦਾ ਉੱਥੇ ਸਟੇ ਵੀ ਲੈਣਾ ਪਵੇ। ਸੋ ਜੇ ਐਵਰੇਜ ਕੋਸਟ ਦੀ ਗੱਲ ਕਰੀਏ ਕਿ ਦੁਬਈ ਜਾ ਕੇ ਬਾਇਓਮੈਟ੍ਰਿਕ ਦੇਣੇ ਜਿਹੜੇ ਉਹ ਕੀ ਕੋਸਟ ਕਰਦੇ ਨੇ ਤਾਂ 35,000 to 40,000 ਤੁਹਾਡੀ ਕੋਸਟ ਜਿਹੜੀ ਉਹ ਇਨਕਰੀਜ਼ ਹੋਏਗੀ ਸਿਰਫ ਬਾਇਓਮੈਟ੍ਰਿਕ ਪ੍ਰੋਵਾਈਡ ਕਰਨ ਲਈ ਦੁਬਈ ਦੇ ਵਿੱਚ ਜਾ ਕੇ। ਜੋ ਕਿ ਅਗਰ ਇੰਡੀਆ 'ਚ VFS ਸੈਂਟਰ ਖੁੱਲ੍ਹੇ ਹੁੰਦੇ ਤੁਸੀਂ ਹੋ ਸਕਦਾ ਜਲੰਧਰ ਵਿਜ਼ਿਟ ਕਰਦੇ, ਹੋ ਸਕਦਾ ਤੁਸੀਂ ਚੰਡੀਗੜ੍ਹ ਵਿਜ਼ਿਟ ਕਰਦੇ ਹਾਂ, ਤੁਹਾਡੀ ਜਿਹੜੀ ਕੋਸਟ ਸੀਗੀ ਉਹ ਸਿਰਫ ਟਰੈਵਲਿੰਗ ਕੋਸਟ 500-700 ਜੋ ਵੀ ਤੁਹਾਡੇ ਐਕਸਪੈਂਸ ਆਉਣੇ ਸੀ ਟਰੈਵਲਿੰਗ ਦੇ ਉਹੀ ਰਹਿ ਜਾਂਦੀ। ਹੁਣ ਆਪਸ਼ਨ ਤੁਹਾਡੇ ਕੋਲ ਅਗਰ ਤੁਸੀਂ ਜਾਣਾ ਚਾਹੁੰਦੇ ਉੱਥੇ ਪ੍ਰੋਵਾਈਡ ਕਰਨਾ ਚਾਹੁੰਦੇ ਹਾਂ ਤੇ ਕੋਸਟ ਵਧੇਗੀ ਅਗਰ ਤੁਸੀਂ ਪੇ ਕਰ ਸਕਦੇ ਹੋ ਤਾਂ ਤੁਸੀਂ ਉੱਥੇ ਜਾ ਕੇ ਵੀ ਬਾਇਓਮੈਟ੍ਰਿਕ ਪ੍ਰੋਵਾਈਡ ਕਰ ਸਕਦੇ ਹੋ। ਇੱਕ ਚੀਜ਼ ਦਾ ਧਿਆਨ ਰੱਖਣਾ ਦੋਸਤੋ, ਟਰੈਵਲ ਗਾਈਡਲਾਈਨ ਅਪਡੇਟ ਹੁੰਦੇ ਰਹਿੰਦੇ ਨੇ, ਟਰੈਵਲ ਗਾਈਡਲਾਈਨ ਜ਼ਰੂਰ ਚੈੱਕ ਕਰਨੀ ਉਸ ਪਰਟੀਕੂਲਰ ਕੰਟਰੀ ਦੀਆਂ। ਐਂਡ ਨਾਲ ਦੀ ਨਾਲ ਮੇਰੀ ਐਡਵਾਈਸ ਹੈ ਕਿਉਂਕਿ ਨਵੰਬਰ ਜਿਹੜਾ ਆਲਮੋਸਟ ਐਂਡਿੰਗ ਵਾਲੇ ਪਾਸੇ ਚੱਲ ਰਿਹਾ, ਸੋ ਅੱਗੇ ਚੱਲ ਕੇ ਹੁਣ ਰਾਈਟ ਨੋ VFS ਗਲੋਬਲ ਇੰਡੀਆ ਵੱਲੋਂ ਵੀ ਅਪਡੇਟਸ ਜਿਹੜੀਆਂ ਨੇ ਰੈਗੂਲਰ ਬੇਸਿਸ ਤੇ ਆ ਰਹੀਆਂ ਨੇ ਆਲਰੇਡੀ। ਸੋ ਮੇਰੀ ਐਡਵਾਈਸ ਹੈ ਕਿ ਕੋਸਟ ਸਪੈਂਡਿੰਗ ਕਰਨ ਤੋਂ ਪਹਿਲਾਂ ਤੁਸੀਂ VFS ਦੀ ਅਪਡੇਟ ਜਿਹੜੀ ਹੈ ਕੋਈ ਨਾ ਕੋਈ ਨਵੀਂ ਅਪਡੇਟ ਇਸ ਵੀਕ 'ਚ ਆ ਸਕਦੀ ਹੈ ਉਹਦੀ ਵੀ ਤੁਸੀਂ ਵੇਟ ਕਰ ਸਕਦੇ ਹੋ, ਕਿਉਂਕਿ ਨਾਨਾ ਪਟੇਲ ਜੀ ਬਾਰ ਬਾਰ ਟਵੀਟ ਕਰਕੇ ਵੀਕਲੀ ਅਪਡੇਟ ਆਪਾਂ ਨੂੰ ਪ੍ਰੋਵਾਈਡ ਕਰ ਰਹੇ ਤੇ ਹੋ ਸਕਦਾ ਕਿ ਦਸੰਬਰ ਦੇ ਵਿੱਚ VFS ਸੈਂਟਰ ਇੰਡੀਆ 'ਚ ਵੀ ਖੁੱਲ ਸਕਦੇ। ਅਗਰ ਬਾਈ ਚਾਂਸ ਅਗਰ ਕੋਈ ਹੋਰ ਡਿਸੀਜਨ ਆਉਂਦਾ ਤਾਂ ਤੁਸੀਂ ਅਗਰ ਦੁਬਈ ਜਾ ਕੇ ਪ੍ਰੋਵਾਈਡ ਕਰਨਾ ਚਾਹੁੰਦੇ ਜਾਂ ਹੋਰ ਨੀਅਰ ਬਾਈ ਕੰਟਰੀ ਜਿੱਥੇ ਵੀ VFS ਖੁੱਲਦੇ, ਚਾਹੇ ਨੇਪਾਲ ਦੀ ਗੱਲ ਕਰ ਲਓ ਜਾਂ ਬੰਗਲਾਦੇਸ਼ ਦੀ ਗੱਲ ਕਰ ਲਓ, ਤਾਂ ਤੁਸੀਂ ਉਹ ਅਲਟਰਨੇਟਿਵ ਆਪਸ਼ਨ ਜਿਹੜੇ ਉਹ ਲੈ ਕੇ ਜਾ ਸਕਦੇ ਹੋ। ਲੇਕਿਨ ਕੋਸਟ ਜ਼ਰੂਰ ਇਨਕਰੀਜ਼ ਹੋਏਗੀ ਐਂਡ ਹਰ ਬੱਚਾ ਜਿਹੜਾ ਕੋਸਟ ਬੀਅਰ ਨਹੀਂ ਕਰ ਸਕਦਾ ਕਿਉਂਕਿ ਬੱਚਿਆਂ ਨੇ ਆਲਰੇਡੀ ਇਨਵੈਸਟਮੈਂਟ ਜਿਹੜੀ ਕੀਤੀ ਹੁੰਦੀ ਹੈ। ਬਟ ਹਾਂ ਅਗਰ ਡਿਸੀਜ਼ਨ ਇੰਨੀ ਪੇ ਕਰਕੇ ਮਿਲਦਾ ਤਾਂ ਬੱਚੇ ਕਈ ਰੈਡੀ ਵੀ ਨੇ ਕਿ ਉਹ ਐਗਰੀ ਕਰ ਰਹੇ ਕਿ ਅਸੀਂ ਉੱਥੇ ਜਾ ਕੇ ਵੀ ਬਾਇਓਮੈਟ੍ਰਿਕ ਜਿਹੜੀ ਆ ਪ੍ਰੋਵਾਈਡ ਕਰਨ ਲਈ ਤਿਆਰ ਆ ਅਗਰ ਸਾਨੂੰ ਆਪਸ਼ਨ ਅਵੇਲੇਬਲ ਹੁੰਦਾ। ਸੋ ਮੇਰੀ ਐਡਵਾਈਸ ਹੈ ਥੋੜ੍ਹੀ ਜਿਹੀ ਅਪਡੇਟ ਦਾ ਵੀ ਵੇਟ ਕਰ ਲਓ, ਅਗਰ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਗਾਈਡਲਾਈਨ ਵਗੈਰਾ ਪੜ੍ਹ ਕੇ ਤੁਸੀਂ ਉੱਥੇ ਵੀ ਜਿਹੜੇ ਡਾਕੂਮੈਂਟ ਆਪਣੇ ਬਾਇਓਮੈਟ੍ਰਿਕ ਪ੍ਰੋਵਾਈਡ ਕਰ ਸਕਦੇ ਹੋ। ਐਂਡ ਲਾਸਟ ਤੇ ਮੈਂ ਇੱਕ ਹੋਰ ਚੀਜ਼ ਕਹਾਂਗਾ ਦੋਸਤਾਂ ਨੂੰ, ਇਸ ਤੋਂ ਪਹਿਲਾਂ ਇੱਕ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਕਿ ਜੋ ਅਪਰੂਵਲ ਲਈ 2-step ਸਿਸਟਮ ਉਹਨਾਂ ਨੇ ਕਿਹਾ ਮੀਨ ਟੂ ਸੇ ਤੁਹਾਡੀ ਫਾਈਲ ਕੰਪਲੀਟ ਹੋਣੀ ਚਾਹੀਦੀ ਹੈ, DLA ਲਿਸਟ ਜਿਹੜੀ ਆ ਉਹਦੇ ਵਿੱਚ ਤੁਹਾਡਾ ਇੰਸਟੀਟਿਊਟ ਆ ਜਾਣਾ ਚਾਹੀਦਾ। ਸੋ ਅਗਰ ਬਾਇਓਮੈਟ੍ਰਿਕ ਤੁਹਾਡੇ ਨਹੀਂ ਹੋਈ, ਅਗਰ ਬਾਇਓਮੈਟ੍ਰਿਕ ਪ੍ਰੋਵਾਈਡ ਵੀ ਕਰ ਦੋ, ਤੁਹਾਡਾ ਅਪਰੂਵਲ ਉਦੋਂ ਆਣਾ ਜਦੋਂ ਤੁਹਾਡਾ ਇੰਸਟੀਟਿਊਟ ਜਿਹੜਾ ਲਿਸਟ 'ਚ ਆ ਚੁੱਕਾ। ਸੋ ਅਗਰ ਕਿਸੇ ਦਾ ਲਿਸਟ ਆਲ 'ਚ ਆ ਚੁੱਕਾ ਇੰਸਟੀਟਿਊਟ ਆਲਰੇਡੀ, ਸੋ ਉਹ ਇਸ ਚੀਜ਼ ਨੂੰ ਥੋੜ੍ਹਾ ਜਿਹਾ ਸੀਰੀਅਸਲੀ ਦੇਖ ਸਕਦਾ ਕਿ ਬਾਇਓਮੈਟ੍ਰਿਕ ਜੇ ਹੋਰ ਕਿਸੇ ਲੋਕੇਸ਼ਨ ਤੇ ਪ੍ਰੋਵਾਈਡ ਕਰਨੇ ਆ। ਬਟ ਅਗਰ ਤੁਹਾਡਾ DLA ਇੰਸਟੀਟਿਊਟ ਹੀ ਲਿਸਟ 'ਚ ਨਹੀਂ ਆਇਆ ਤਾਂ ਵੀ ਤੁਹਾਡੇ ਬਾਇਓਮੈਟ੍ਰਿਕ ਪ੍ਰੋਵਾਈਡ ਕਰਕੇ ਵੀ ਡਿਸੀਜ਼ਨ ਨਹੀਂ ਆ, ਇਸ ਚੀਜ਼ ਨੂੰ ਤੁਸੀਂ ਵੀ ਸਮਝਦੇ ਹੋ। ਸੋ ਮੇਰੀ ਐਡਵਾਈਸ ਹੈ ਕਿ ਅਗਲੀ ਲਿਸਟ ਜਿਹੜੀ ਆ 1 ਦਸੰਬਰ ਨੂੰ ਅਪਡੇਟ ਹੋਣ ਵਾਲੀ ਹੈ। ਹੋ ਸਕਦਾ ਕਿ ਜਿਨ੍ਹਾਂ ਦੇ ਇੰਸਟੀਟਿਊਟ ਦੇ ਉਸ ਲਿਸਟ ਦੇ ਵਿੱਚ ਨਹੀਂ ਆਏ ਉਹਨਾਂ ਬੱਚਿਆਂ ਲਈ ਐਡਵਾਈਸ ਹੈ ਕਿ ਤੁਸੀਂ ਉਸ ਲਿਸਟ ਨੂੰ ਵੇਟ ਕਰ ਲਓ, 1 ਦਸੰਬਰ ਨੂੰ ਨਵੀਂ ਲਿਸਟ ਅਪਡੇਟ ਹੋਏਗੀ। ਉਹਦੇ ਵਿੱਚ ਅਗਰ ਤੁਹਾਡੇ ਇੰਸਟੀਟਿਊਟ ਆ ਜਾਂਦੇ ਆ, ਹੋ ਸਕਦਾ ਕਿ ਉਦੋਂ ਨੂੰ ਜੋ ਕਿ ਪੂਰੇ ਚਾਂਸਿਸ ਹੈ VFS ਗਲੋਬਲ ਇੰਡੀਆ ਦੀ ਵੀ ਸਰਵਿਸ ਸਟਾਰਟ ਹੋ ਸਕਦੀ ਹੈ। ਆਪਾਂ ਉਮੀਦ ਰੱਖ ਸਕਦੇ ਹਾਂ ਕਿ ਕੋਈ ਨਾ ਕੋਈ ਪੋਜ਼ਿਟਿਵ ਨਿਊਜ਼ ਜਿਹੜੀ ਆ
ਦੇਖਣ ਨੂੰ ਮਿਲੇਗੀ ਤੇ ਬੱਚਿਆਂ ਦੀ ਜਿਹੜੀ ਕੋਸਟ ਆ ਜਿਹੜੀ ਐਕਸਟਰਾ ਕੋਸਟ ਪੈ ਰਹੀ ਹੈ ਕਿਸੇ ਹੋਰ ਕੰਟਰੀ ਦਾ ਅਲਟਰਨੇਟਿਵ ਆਪਸ਼ਨ ਲੈ ਕੇ ਬਾਇਓਮੈਟ੍ਰਿਕ ਪ੍ਰੋਵਾਈਡ ਕਰਨ ਦੀ ਉਹ ਜਿਹੜੀ ਬਚ ਸਕੇ ਸੋ ਪ੍ਰੋਸੀਜਰ ਦੋਸਤੋ ਉਹੀ ਹੈ ਤੁਸੀਂ ਆਨਲਾਈਨ ਵੈਬਸਾਈਟ ਵਿਜ਼ਿਟ ਕਰੋ BFS ਗਲੋਬਲ ਦੁਬਈ ਦੀ ਕੈਨੇਡਾ ਵਾਸਤੇ ਵੈਬਸਾਈਟ ਤੇ ਜਾ ਕੇ ਤੁਸੀਂ ਆਪਣਾ ਲੌਗਇਨ ਬਣਾ ਕੇ ਉੱਥੇ ਜਾ ਕੇ ਤੁਸੀਂ ਜਿਹੜਾ ਸਬਮਿਟ ਕਰ ਰਹੇ ਆਪਣੀ ਐਪਲੀਕੇਸ਼ਨ ਸਲੋਟ ਦੇਖਣਗੇ ਸਲੋਟ ਬੁੱਕ ਕਰਨਾ ਹੈ ਤੇ ਤੁਸੀਂ ਸਕੇਡਿਊਲ ਤੇ ਜਾ ਕੇ ਤੁਸੀਂ ਆਪਣੇ ਬਾਇਓਮੈਟ੍ਰਿਕ ਜਿਹੜੇ ਆ ਉੱਥੇ ਪ੍ਰੋਵਾਈਡ ਕਰ ਸਕਦੇ ਹੋ ਬਾਕੀ ਕੇਸ ਦੀ ਪ੍ਰੋਸੈਸਿੰਗ ਜਿਹੜੀ ਆ ਉਹ ਨਾਰਮਲ ਵੇ ਚ ਹੀ ਰਹੇਗੀ ਸੋ ਉਮੀਦ ਕਰਦਾ ਦੋਸਤੋ ਤੁਹਾਨੂੰ ਕੁਝ ਡਾਊਟ ਤੁਹਾਡੇ ਕਲੀਅਰ ਹੋਣਗੇ ਕਾਸਟ ਨੂੰ ਲੈ ਕੇ ਜਿਹੜੇ ਬਹੁਤ ਸਵਾਲ ਆ ਰਹੇ ਸੀ ਉਹਦਾ ਤੁਹਾਨੂੰ ਆਨਸਰ ਮਿਲਿਆ ਹੈਗਾ ਸੋ ਆਉਣ ਵਾਲੇ ਟਾਈਮ 'ਚ ਹੋਰ ਵੀ ਵੀਡੀਓਜ਼ ਚੈਨਲ ਤੇ ਆਉਂਦੇ ਰਹਿਣਗੀਆਂ ਸੋ ਆਉਣ ਵਾਲੇ ਟਾਈਮ 'ਚ ਨਵੀਂ ਅਪਡੇਟ ਨਵੀਂ ਕੋਈ ਰੀਸੈਂਟ ਡਿਵੈਲਪਮੈਂਟ ਆਉਂਦੀ ਹੈ ਤੇ ਮੇਰੇ ਲਾਈਵ ਸ਼ੋਅ ਵੀ ਇਸ ਚੈਨਲ ਤੇ ਆਉਂਦੇ ਨੇ ਸਵੇਰੇ 10:30 ਤੋਂ 11:30 ਆਪਣਾ ਲਾਈਵ ਹੁੰਦਾ ਮੰਡੇ ਵੈਡਨਸਡੇ ਐਂਡ ਸੈਟਰਡੇ ਸੋ ਸ਼ੋਅ ਵੀ ਲਾਈਵ ਤੁਸੀਂ ਜੁੜਦੇ ਰਹੋ ਆਪਣੇ ਸਵਾਲਾਂ ਦੇ ਜਵਾਬ ਵੀ ਤੁਸੀਂ ਕਾਲ ਵੀ ਕਰ ਸਕਦੇ ਹੋ ਸੋ ਇਸ ਤੋਂ ਬਾਅਦ ਵੀ ਤੁਸੀਂ 9041090410 ਹੈਲਪਲਾਈਨ ਨੰਬਰ ਤੇ ਕਾਲ ਕਰਕੇ ਵੀ ਬਾਕੀ ਦੀ ਇਨਫੋਰਮੇਸ਼ਨ ਲੈ ਸਕਦੇ ਹੋ ਅਗਲੀ ਦਿਨ ਜਾਜੇ